ਰਾਏਕੋਟ ਵਿਖੇ ਜਥੇਦਾਰ ਚੰਦੂ ਮਾਜਰਾ ਵੱਲੋਂ ਅਕਾਲੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ। ਭਾਜਪਾ ਨਾਲ ਗੱਠਜੋੜ ਪ੍ਰਤੀ ਅਸਿੱਧੇ ਤਰੀਕੇ ਦੇ ਨਾਲ ਪ੍ਰਗਟਾਈ ਸਹਿਮਤੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਅਣਗੌਲਿਆ ਨਹੀਂ ਕਰੇਗਾ ਚੰਦੂ ਮਾਜਰਾ। ਰਾਏਕੋਟ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਅੱਜ ਮਾਰਕੀਟ ਵਿਚਾਲੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਰਾਏਕੋਟ ਹਲਕੇ ਦੇ ਆਗੂਆਂ ਨਾਲ ਖਾਸ ਤੌਰ 'ਤੇ ਮੁਲਾਕਾਤ ਕੀਤੀ, ਜਿਸ ਦੌਰਾਨ ਉਹਨਾਂ ਹਲਕਾ ਰਾਏਕੋਟ ਦੀ ਅਕਾਲੀ ਸਿਆਸਤ ਸਮੇਤ ਪੰਜਾਬ ਦੇ ਹਾਲਾਤਾਂ ਅਤੇ ਆਗਾਮੀ ਲੋਕ ਸਭਾ ਚੋਣਾਂ ਸੰਬੰਧੀ ਆਗੂਆਂ ਨਾਲ ਵਿਚਾਰ ਚਰਚਾ ਕੀਤੀ। ਜਥੇਦਾਰ ਚੰਦੂ ਮਾਜਰਾ ਨੇ ਪੰਜਾਬ ਦੀ ਆਪ ਸਰਕਾਰ 'ਤੇ ਤਿੱਖੀ ਟਿੱਪਣੀ ਕਰਦਿਆਂ ਆਖਿਆ ਹੈ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਨਾਜ਼ੁਕ ਸਥਿਤੀ ਦੇ ਚੱਲਦੇ ਪੰਜਾਬ ਦੇ ਲੋਕਾਂ ਵਿੱਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ। ਸਗੋਂ ਦਿਨ ਦਿਹਾੜੇ ਘਰਾਂ ਵਿੱਚ ਦਾਖਲ ਹੋ ਕੇ ਕਾਂਗਰਸੀ ਆਗੂ ਦਾ ਕਤਲ ਕਰ ਦਿੱਤਾ ਗਿਆ, ਜਿਸ ਤੋਂ ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਗੋਂ ਹੜ੍ਹ ਪੀੜਤ ਕਿਸਾਨਾਂ ਨੂੰ ਬਿਨਾਂ ਗਿਰਦਾਵਰੀ ਦੇ ਮੁਆਵਜ਼ਾ ਦੇਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਨੇ ਬਾਅਦ ਵਿੱਚ ਹੜ੍ਹ ਪੀੜਤਾਂ ਦੀ ਸਾਰ ਨਹੀਂ ਲਈ ਅਤੇ ਮੁੱਖ ਮੰਤਰੀ ਸਿਰਫ਼ ਫੋਕੀ ਬਿਆਨਬਾਜ਼ੀ ਤੱਕ ਸੀਮਤ ਹਨ। ਦੂਜੇ ਪਾਸੇ ਵਿਰੋਧੀ ਧਿਰ ਵਜੋਂ ਕਾਂਗਰਸ ਪਾਰਟੀ ਦੀ ਨਾਕਾਮ ਸਾਬਤ ਹੋਈ ਹੈ ਅਤੇ ਆਗਾਮੀ ਲੋਕ ਸਭਾ ਚੋਣਾਂ ਲਈ ਦੋਵੇਂ ਧਿਰਾਂ ਮੌਕਾ ਪ੍ਰਸਤੀ ਦਾ ਗੱਠਜੋੜ ਕਰ ਰਹੀਆਂ ਹਨ। ਬੇਸ਼ੱਕ ਅਜੇ ਤੱਕ ਕਿਸੇ ਵੀ ਪਾਰਟੀ ਵੱਲੋਂ ਗੱਠਜੋੜ ਸੰਬੰਧੀ ਕੋਈ ਸਰਗਰਮੀ ਨਹੀਂ ਦਿਖਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੁਝ ਵੀ ਹੋ ਸਕਦਾ ਹੈ, ਪਰੰਤੂ ਇਸ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਅਣਗੌਲਿਆ ਨਹੀਂ ਕਰੇਗਾ। ਅੱਜ ਪੰਜਾਬ ਸਹਿਮਿਆ ਹੋਇਆ, ਭੈਅਭੀਤ ਹੋਇਆ ਨਜ਼ਰ ਆ ਰਿਹਾ, ਜਦੋਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਬੜੀ ਨਾਜ਼ੁਕ ਬਣੀ ਹੋਈ ਆ। ਦਿਨ ਦਿਹਾੜੇ ਕਤਲ ਹੋ ਰਹੇ ਆ। ਮੋਗੇ ਦੇ ਵਿੱਚ ਕਾਂਗਰਸ ਦਾ ਜਨਾਬ ਪ੍ਰਧਾਨ ਮਤਲਬ ਕਤਲ ਹੋਇਆ, ਹੋਰ ਕਿੰਨੀਆਂ ਡਕੈਤੀਆਂ ਫਰੋਕੀਆਂ ਮਤਲਬ ਕਤਲੋਗਾਰਤ, ਮਤਲਬ ਇੱਕ ਕਿਸਮ ਦੀ ਪੰਜਾਬ ਵਿੱਚ ਅਨਾਰਕੀ ਫੈਲੀ ਆ। ਜਿਵੇਂ ਕਹਿੰਦੇ ਨਾ ਵੀ ਕੋਈ ਹੈ ਹੀ ਨਹੀਂ ਵਾਲੀ ਵਾਰ, ਮੁੱਖ ਮੰਤਰੀ ਸਾਹਿਬ ਆਪ ਬਾਹਰਲੇ ਸੂਬਿਆਂ ਦੇ ਵਿੱਚ ਹੀ ਕੇਜਰੀਵਾਲ ਸਾਹਿਬ ਨੂੰ ਘੁਆ ਰਹੇ ਨੇ। ਪੰਜਾਬ ਦਾ ਫਿਕਰ ਹੀ ਨਹੀਂ, ਪੰਜਾਬ ਦੀ ਚਿੰਤਾ ਹੀ ਹੈ ਨਹੀਂ। ਮਤਲਬ ਅੱਜ ਹੁਣੀ ਇੱਥੇ ਰਾਏਕੋਟ ਦੇ ਵਿੱਚ ਜ਼ਿਕਰ ਕਰ ਰਹੇ ਸੀ, ਮੈਂ ਲਹਿਰੇ ਤੋਂ ਆਇਆ ਉੱਥੇ, ਹਰ ਥਾਂ 'ਤੇ ਲੋਕ ਕਹਿ ਰਹੇ ਨੇ ਵੀ ਹੜ੍ਹਾਂ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ, ਕੋਈ ਮਤਲਬ ਬਣਦਾ ਜਿਹੜਾ ਮੁਆਵਜ਼ਾ ਦੇਣ ਦੀ ਜਿਹੜੀ ਗੱਲ ਕਹੀ ਸੀ ਮੁੱਖ ਮੰਤਰੀ ਸਾਹਿਬ ਨੇ, ਤਾਂ ਵੱਧ ਕੇ ਗੱਲਾਂ ਕੀਤੀਆਂ ਸੀ। ਬਿਨਾਂ ਗਰਦੌਰੀ ਤੋਂ 20,000 ਰੁਪਇਆ ਦੇ ਦਾਂਗੇ ਪਰ ਏਕੜ, ਹੁਣ ਗਰਦੌਰੀਆਂ ਪਤਾ ਨਹੀਂ ਹੋਈਆਂ ਕਿ ਨਹੀਂ ਹੋਈਆਂ, ਪਰ ਮਹੀਨੇ ਲੰਘ ਗਏ, ਅੱਜ ਤੱਕ ਕਿਸੇ ਨੂੰ 5 ਰੁਪਏ ਕਿਸੇ ਨੂੰ ਪੀੜਤ ਬੰਦੇ ਨੂੰ ਕੋਈ ਵੀ ਰਾਹਤ ਨਹੀਂ ਮਿਲੀ। ਫਿਰ ਜਿਸ ਤਰ੍ਹਾਂ ਹੁਣ ਜਿੰਨੀ ਵੀ ਨਸ਼ਿਆਂ ਦੀ ਪੁਖਤਾਤ ਆ, ਗਵਰਨਰ ਸਾਹਿਬ ਦਾ ਜਿਹੜਾ ਸਵਾਲ ਸੀ ਉਹ ਤਾਂ ਜਵਾਬ ਹੀ ਨਹੀਂ ਦੇ ਸਕੇ ਮੁੱਖ ਮੰਤਰੀ ਸਾਹਿਬ, ਕਿ 60 ਸ਼ਰਾਬ ਦੇ ਲਾਇਸੈਂਸੀ ਜਿਹੜੇ ਸਰਕਾਰੀ ਠੇਕੇ ਨੇ ਉਹਨਾਂ 'ਤੇ ਨਸ਼ਾ ਵਿਕਦਾ, ਮਤਲਬ ਰਿਕਵਰੀ ਹੋ ਗਈ ਅਤੇ ਉਸ ਦਿਨ ਬੰਦ ਰੱਖੇ, ਇੱਕ ਹਫ਼ਤਾ ਠੇਕੇ ਬਾਅਦ 'ਚ ਖੋਲ੍ਹੇ, ਕਿਹਦੇ ਕਿਸੇ ਦੇ ਖੋਲ੍ਹੇ, ਕਿਉਂ ਖੋਲ੍ਹੇ ਅਤੇ ਕੌਣ ਜ਼ਿੰਮੇਵਾਰ ਸੀ, ਮਤਲਬ ਸਰੇਆਮ ਉਹਨਾਂ ਨੇ ਕਿਹਾ ਵੀ ਪ੍ਰਸ਼ਾਸਨ ਦੀ ਸਰਪ੍ਰਸਤੀ ਪੁਲਿਸ ਦੀ ਸ਼ਹਿਰ 'ਤੇ ਇਹ ਦੱਸੇ ਵੀ ਰਹੇ ਨੇ ਪੰਜਾਬ ਦੇ ਅਤੇ ਮੁੱਖ ਮੰਤਰੀ ਘਰ ਚੁੱਕ ਬੈਠੇ ਨੇ। ਵੈਸੇ ਵੀ ਪੰਜਾਬ ਅੱਜ ਵਿੱਤੀ ਸੰਕਟ ਜ਼ਿੰਦਗੀ ਰਿਹਾ ਹੋਇਆ, ਪੰਜਾਬ ਦੀ ਦੁਆਲੀ ਹੈ ਨਹੀਂ ਪੰਜਾਬ ਦੇ ਉਹ ਖਰਚ ਕਰ, ਕਿਉਂਕਿ ਜਿਹੜੇ ਸੋਰਸ ਨੇ ਪੰਜਾਬ ਦੇ ਆਮਦਨ ਦੇ ਉਹ ਤਾਂ ਬੰਦ ਹੋ ਗਏ। RDF ਸਾਡੀ ਹੁੰਦੀ ਸੀ ਉਹ 0% ਕਰਤੀ, ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜਿਹੜੀਆਂ ਲਿੰਕ ਰੋਡ ਨੇ ਇਹਨਾਂ 'ਤੇ ਪੈਚ ਵਰਕ ਕਰਨ ਲਈ ਵੀ ਪੈਸਾ ਨਹੀਂ ਹੋ ਰਿਹਾ ਸਰਕਾਰ ਦੇ। ਸੋ ਇਸ ਕਰਕੇ ਅੱਜ ਪੰਜਾਬ ਨੂੰ ਸੰਭਾਲਣ ਦੀ ਲੋੜ ਆ। ਵੱਡੀ ਗੱਲ ਇਹ ਆ ਵੀ ਜਿਹੜੀ ਸਰਕਾਰ ਦੀਆਂ ਕਟਾਈਆਂ, ਨਾਕਾਮੀਆਂ, ਲਾਪਰਵਾਹੀਆਂ ਅਤੇ ਫੇਲੀਅਰ 'ਤੇ ਨਿਗਾਹ ਰੱਖਣ ਲਈ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਡਿਊਟੀ ਦਿੱਤੀ ਹੋਈ, ਕਾਂਗਰਸ ਆਪਣੀ ਡਿਊਟੀ ਨਿਭਾ ਲਈ, ਪੰਜਾਬ ਦੇ ਲੋਕਾਂ ਨੇ ਵਿਸ਼ਵਾਸਘਾਤ ਕੀਤਾ।